ਕਿਸਾਨ ਮੋਰਚੇ ਦੇ ਮੰਚ ਨੇੜਿਓਂ ਮਿਲੀ ਨੌਜਵਾਨ ਦੀ ਕੱਟੀ ਵੱਡੀ ਲਾਸ਼। ਲਖਬੀਰ ਸਿੰਘ ਵਜੋਂ ਹੋਈ ਮ੍ਰਿਤਕ ਦੀ ਪਹਿਚਾਣ। ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਤਸਵੀਰਾਂ ਨਿਹੰਗ ਸਮੂਹ ਨੇ ਇਸ ਕਤਲ ਦੇ ਲਈ ਜ਼ਿੰਮੇਵਾਰੀ। ਸਿੰਘੂ ਬਾਰਡਰ ਤੇ ਕਤਲ ਕੀਤੇ ਗਏ ਨੌਜਵਾਨ ਦੀ ਲਖਬੀਰ ਸਿੰਘ ਵਜੋਂ ਹੋਈ ਪਹਿਚਾਣ। ਤਰਨ ਤਾਰਨ ਦੇ ਪਿੰਡ ਚੀਮਾ ਦਾ ਰਹਿਣ ਵਾਲਾ ਸੀ ਨੌਜਵਾਨ। ਤਿੰਨ ਬੱਚਿਆਂ ਦਾ ਪਿਓ ਨਸ਼ੇ ਕਾਰਨ ਪਤਨੀ 4 ਸਾਲ ਪਹਿਲਾਂ ਛੱਡ ਚਲੀ ਗਈ ਸੀ ਪੇਕੇ। ਡੀਸੀਪੀ ਹੰਸਰਾਜ ਨੇ ਕਿਹਾ ਕਿ ਕੁੰਡਲੀ ਜਿੱਥੇ ਸੋਨੀਪਤ ਸਰਹੱਦ ਤੇ ਕਿਸਾਨਾਂ ਦਾ ਵਿਰੋਧ ਚੱਲ ਰਿਹਾ ਹੈ, ਤੜਕੇ 5 ਵਜੇ ਉੱਥੇ ਇੱਕ ਲਾਸ਼ ਲਟਕਦੀ ਮਿਲੀ। ਉਸਦੇ ਹੱਥ ਅਤੇ ਲੱਤਾਂ ਵੱਡੀਆਂ ਹੋਈਆਂ ਸਨ। ਵਾਇਰਲ ਹੋਈ ਵੀਡੀਓ ਦੀ ਵੀ ਕੀਤੀ ਜਾ ਰਹੀ ਹੈ ਜਾਂਚ। ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਬਿਆਨ। ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਸ ਘਟਨਾ ਦੇ ਪਿੱਛੇ ਨਿਹੰਗਾਂ ਦਾ ਹੱਥ, ਉਹਨਾਂ ਨੇ ਇਸ ਨੂੰ ਸਵੀਕਾਰ ਵੀ ਕੀਤਾ ਹੈ। ਨਿਹੰਗ ਸਿੱਖ ਮੁੜ ਤੋਂ ਹੀ ਸਾਡੇ ਲਈ ਮੁਸ਼ਕਲਾਂ ਪੈਦਾ ਕਰਨ ਦਾ ਕਰ ਰਹੇ ਨੇ ਕੰਮ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦਾ ਕਹਿਣਾ ਹੈ ਕਿ ਇਸ ਘਟਨਾ ਦੀਆਂ ਦੋਵੇਂ ਧਿਰਾਂ ਦਾ ਸੰਯੁਕਤ ਕਿਸਾਨ ਮੋਰਚੇ ਨਾਲ ਕੋਈ ਸੰਬੰਧ ਨਹੀਂ ਹੈ। ਉਹਨਾਂ ਨੇ ਕਿਹਾ ਕਿ ਲੋਕਤੰਤਰੀ ਅਤੇ ਸ਼ਾਂਤਮਈ ਢੰਗ ਨਾਲ ਚਲਾਈ ਗਈ ਹੈ ਲਹਿਰ ਕਿਸੇ ਵੀ ਹਿੰਸਾ ਦਾ ਵਿਰੋਧ ਕਰਦੀ। ਟਰਾਂਸਪੋਰਟ ਮੰਤਰੀ ਰਾਜਾ ਵੜਿੰਗਾ ਅੱਜ ਸਵੇਰੇ ਪਟਿਆਲਾ ਬੱਸ ਸਟੈਂਡ ਪੁੱਜੇ ਅਤੇ ਮੁਲਾਜ਼ਮਾਂ ਦੀਆਂ ਸੁਣੀਆਂ ਸਮੱਸਿਆਵਾਂ, ਨਾਲ ਹੀ ਕੱਚੇ ਮੁਲਾਜ਼ਮਾਂ ਦੀ ਤਨਖਾਹ 30% ਵਾਧਾ ਕਰਨ ਦੀ ਵੀ ਕੀਤੀ ਗੱਲ ਅਤੇ ਚਾਹ ਤੇ ਮੱਠੀ ਦਾ ਵੀ ਮਾਣਿਆ ਆਨੰਦ। ਕਿਸਾਨ ਜਥੇਬੰਦੀਆਂ ਵੱਲੋਂ ਅੱਜ ਜ਼ੀਰਾ ਵਿਖੇ ਕਿਸਾਨ ਮਹਾਂ ਪੰਚਾਇਤ ਦਾ ਕੀਤਾ ਗਿਆ ਆਯੋਜਨ। ਗੁਨਾਮ ਸਿੰਘ ਚੜੂਣੀ, ਲੱਖਾ ਥਿਦਾਣਾ ਸਮੇਤ ਕਈ ਵੱਡੇ ਕਿਸਾਨ ਆਗੂ ਮਹਾਂ ਪੰਚਾਇਤ ਵਿੱਚ ਹੋਏ ਸ਼ਾਮਲ। ਮੋਗਾ ਦੇ ਪਿੰਡ ਡਰੋਲੀ ਭਾਈ ਵਿਖੇ ਵਾਪਰਿਆ ਦਰਦਨਾਕ ਹਾਦਸਾ। ਘਰ 'ਚ ਬਣੀ ਕੱਚੀ ਖੂਹੀ 'ਚ ਡਿੱਗੀ 2.5 ਸਾਲ ਦੀ ਬੱਚੀ ਅਤੇ ਉਸਦੀ ਮਾਂ ਦੀ ਹੋਈ ਮੌਤ। ਪਰਿਵਾਰ ਸਮੇਤ ਪਿੰਡ ਵਾਲਿਆਂ ਨੇ ਬਚਾਉਣ ਦੀ ਕੀਤੀ ਕੋਸ਼ਿਸ਼, ਪਰ ਹਾਦਸੇ 'ਚ ਨਹੀਂ ਬਚ ਪਈ ਦੋਹਾਂ ਦੀ ਜਾਨ। ਪੰਜਾਬ 'ਚ ਪਰਾਲੀ ਸਾੜਨ ਦੇ ਲਗਾਤਾਰ ਵੱਧ ਰਹੇ ਮਾਮਲੇ। ਪਿਛਲੇ 6 ਦਿਨਾਂ 'ਚ ਕਰੀਬ 3 ਗੁਣਾ ਤੱਕ ਵਧੇ ਮਾਮਲੇ। 7 ਅਕਤੂਬਰ ਨੂੰ 392 ਮਾਮਲੇ ਸੀ, ਜਦਕਿ 13 ਅਕਤੂਬਰ ਤੱਕ 157 ਤੱਕ ਪਹੁੰਚਿਆ ਅੰਕੜਾ। ਸੂਬੇ ਦੀ ਏਅਰ ਕੁਆਲਿਟੀ ਇੰਡੈਕਸ 'ਤੇ ਪੈਣਾ ਸ਼ੁਰੂ ਹੋਇਆ ਅਸਰ। ਸਨੌਰ ਨੇੜੇ ਪਿੰਡ ਜਗਤਪੁਰਾ ਵਿਖੇ ਸਵੇਰੇ ਹੋਏ ਦਰਦਨਾਕ ਸੜਕ ਹਾਦਸੇ ਦੌਰਾਨ 5 ਵਿਅਕਤੀਆਂ ਦੀ ਹੋਈ ਮੌਤ। ਪਟਿਆਲਾ ਯੂਨੀਵਰਸਿਟੀ ਨਾਲ ਸੰਬੰਧਿਤ ਵਿਅਕਤੀਆਂ ਦੀ ਸਕੋਰਪੀਓ ਗੱਡੀ ਨਾਲ ਟਰੈਕਟਰ ਟਰਾਲੀ ਦੀ ਹੋਈ ਟੱਕਰ 'ਚ ਵਾਪਰਿਆ ਹਾਦਸਾ।